ਸਥਾਨ ਹਮਾਇਤੀਆਂ ਨੂੰ ਐਨਆਈਏ ਦੇ ਵੱਲੋਂ ਨੋਟਿਸ ਭੇਜਣ ਦੀ ਸੁਖਬੀਰ ਸਿੰਘ ਬਾਦਲ ਨੇ ਨਿੰਦਿਆ ਕੀਤੀ ਆ। ਆਖਿਆ ਕਿ ਬਕਲਾਹਟ ਦੇ ਵਿੱਚ ਕੇਂਦਰ ਸਰਕਾਰ ਆਪਣੇ ਅਜਿਹੇ ਹੱਥ ਕੰਡੇ ਅਪਣਾ ਰਹੀ ਹੈ। ਮਨੁੱਖਤਾ ਦੀ ਮਦਦ ਕਰਨ ਵਾਲੀ ਖਾਲਸਾ ਏਡ ਨੂੰ ਨੋਟਿਸ ਭੇਜਣਾ ਮੰਦਭਾਗਾ ਹੈ। ਅਜਿਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਸਰਕਾਰ। ਕੇਂਦਰ ਚਾਹੇ ਤਾਂ 5 ਮਿੰਟ 'ਚ ਮਸਲੇ ਦਾ ਹੱਲ ਕੱਢ ਸਕਦੀ ਹੈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਅਕਾਲੀ ਦਲ ਹਰ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਹੈ। ਦਰਅਸਲ ਕਈ ਲੋਕਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਨੋਟਿਸ ਭੇਜੇ ਗਏ ਨੇ। ਨੋਟਿਸ ਭੇਜ ਕੇ ਪੇਸ਼ ਹੋਣ ਲਈ ਆਖਿਆ ਗਿਆ ਵੱਖ ਵੱਖ ਤਰੀਕਿਆਂ ਦੇ ਉੱਪਰ, ਜਿਸ ਨੂੰ ਲੈ ਕੇ ਖਾਲਸਾ ਏਡ ਨੂੰ ਵੀ ਨੋਟਿਸ ਭੇਜਿਆ ਗਿਆ। ਇਸ ਨੂੰ ਲੈ ਕੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਜਿਹਾ ਕਰਨਾ ਮੰਦਭਾਗ ਹੈ ਅਤੇ ਸਰਕਾਰ ਹੁਣ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਉਹਨਾਂ ਆਖਿਆ ਕਿ ਮਨੁੱਖਤਾ ਦੀ ਮਦਦ ਕਰਨ ਵਾਲੀ ਖਾਲਸਾ ਏਡ ਨੂੰ ਨੋਟਿਸ ਭੇਜਣਾ ਮੰਦਭਾਗ ਹੈ ਅਤੇ ਅਜਿਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਸਰਕਾਰ ਬਦਨਾਮ ਕਰਨਾ ਚਾਹੁੰਦੀ ਹੈ। ਖਾਲਸਾ ਏਡ ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਜਿਹਨੇ ਦੁਨੀਆ ਭਰ ਵਿੱਚ ਸੇਵਾ ਕੀਤੀ ਹੈ। ਜੇ ਬੋਸਨੀਆ ਦੀ ਕੋਈ ਸਮੱਸਿਆ ਆਉਂਦੀ ਹੈ, ਜੇ ਥਾਈਲੈਂਡ 'ਚ ਵੀ ਸਮੱਸਿਆ ਆਈ ਸੀ, ਇਹਨਾਂ ਦੂਜੇ ਦੇਸ਼ ਆਪਣੇ ਦੇਸ਼ ਵਿੱਚ ਜਦੋਂ ਗੁਜਰਾਤ 'ਚ ਸਮੱਸਿਆ ਆਈ ਸੀ, ਉੱਥੇ ਖਾਲਸਾ ਏਡ ਜਾਏ ਤਾਂ ਚੰਗੀ ਗੱਲ ਕਰਦੇ ਆ। ਜੇ ਕਿਤੇ ਹੋਰ ਸੂਬੇ 'ਚ ਕੋਈ ਸਮੱਸਿਆ ਆ ਜਾਏ ਤਾਂ ਖਾਲਸਾ ਏਡ ਜਾਂਦੀ ਹੈ ਅਤੇ ਆਪਣਾ ਚੰਗੇ ਕੰਮ ਕਰਦੇ ਆ। ਅਤੇ ਹੁਣ ਕਿਉਂ ਤੁਸੀਂ ਇੱਕ ਐਡੀ ਵੱਡੀ ਆਰਗਨਾਈਜੇਸ਼ਨ ਨੂੰ ਬਦਨਾਮ ਕਰਨਾ, ਮੈਂ ਕਿਹਾ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹ ਹੁਣ ਮੈਨੂੰ ਲੱਗਦਾ ਫਰਸਟ੍ਰੇਸ਼ਨ ਸੈਂਟਰ ਸਰਕਾਰ ਵਿੱਚ ਫਰਸਟ੍ਰੇਸ਼ਨ ਆ ਗਈ। ਉਹ ਸੋਚਦੇ ਸੀ ਕਿਸਾਨਾਂ ਦੀ ਜਿਹੜੀ ਸੰਘਰਸ਼ ਹੈ ਉਹ ਕਮਜ਼ੋਰ ਹੋ ਜੂਗਾ, ਖਤਮ ਹੋ ਜੂਗਾ, ਪਰ ਉਹਨਾਂ ਨੇ ਦੇਖਿਆ ਜਿੰਨਾ ਲੇਟ ਕਰੀ ਜਾਂਦੇ ਆ ਉਨਾ ਤਗੜਾ ਸੰਘਰਸ਼ ਹੋਈ ਜਾਂਦੇ ਆ। ਆਹ ਸਾਰਾ ਕੁਛ ਅੰਡਰ ਫਰਸਟ੍ਰੇਸ਼ਨ ਕਰ ਰਹੇ ਆ ਅਤੇ ਸ਼੍ਰੋਮਣੀ ਅਕਾਲੀ ਦਲ ਸਟਰੋਂਗਲੀ ਕੰਡੈਮ ਕਰਦੀ ਹੈ। ਹੁਣ ਇਹਨਾਂ ਨੇ ਆਹ ਸੋਚਦੇ ਆ ਕਿ ਨੋਟਿਸ ਦੇ ਕੇ ਜਾਂ ਫਿਰ ਡਰਾ ਕੇ, ਜਾਂ ਜਿਹੜੇ ਲੋਕ 50-60 ਦਿਨ ਹੋ ਗਏ ਠੰਡ ਦੇ ਵਿੱਚ ਬੈਠੇ, ਤੁਸੀਂ ਕਹਿੰਦਾ ਉਹ ਨੋਟਿਸਾਂ ਦਾ ਪ੍ਰਵਾਹ ਕਰਨਗੇ? ਉਹ ਮੈਨੂੰ ਲੱਗਦਾ ਗਲਤ ਫਹਿਮੀ 'ਚ ਸੈਂਟਰ ਦੀ ਸਰਕਾਰ, ਜਿਵੇਂ ਉਹਨਾਂ ਨੇ ਗਲਤ ਫਹਿਮੀ ਸੀ ਕਿ ਆ ਜਿੰਨਾ ਲੰਬਾ ਕਰ ਦੋਗੇ ਅਤੇ ਆ ਫੇਲ ਹੋ ਜੂਗੀ, ਉਨਾ ਕੰਮ ਵੱਧ ਗਿਆ। ਉਵੇਂ ਹੀ ਨੋਟਿਸ ਦੇ ਕੇ ਜਿੰਨਾ ਤੁਸੀਂ ਤੰਗ ਕਰੋਗੇ, ਜਿੰਨੇ ਨੋਟਿਸ ਦੋਗੇ ਉਨਾ ਸੰਘਰਸ਼ ਤੇਜ਼ ਹੋਊਗਾ। ਸੈਂਟਰ ਸਰਕਾਰ ਨਹੀਂ ਚਾਹੁੰਦੀ ਹੱਲ, ਇੱਕ ਮਿੰਟ ਦਾ ਹੱਲ ਹੈ। ਜਿਹੜੇ ਕਾਨੂੰਨ ਬਣਾਏ ਗਏ ਜੋ ਕਿਸਾਨ ਨਹੀਂ ਚਾਹੁੰਦੇ ਵਾਪਸ ਲੈ ਲਓ। ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨੀ ਸੰਘਰਸ਼ ਜੋ ਫੈਸਲਾ ਕਰਦੇ ਅਸੀਂ ਨਾਲ ਹੀ। ਆਹ ਸੰਘਰਸ਼ ਜਿਹੜਾ ਆਹ ਕਿਸੇ ਪਾਰਟੀ ਦਾ ਸੰਘਰਸ਼ ਨਹੀਂ ਹੈ, ਹੁਣ ਆਹ ਸਮੁੱਚੀ ਕਿਸਾਨੀ ਦਾ ਸੰਘਰਸ਼ ਹੈ। ਸੋ ਇਸ ਸੰਘਰਸ਼ ਵਿੱਚ ਰਾਤ ਦਿਨ ਨਾ ਸਾਨੂੰ ਕੋਈ ਕ੍ਰੈਡਿਟ ਲੈਣ ਦੀ ਲੋੜ ਹੈ, ਨਾ ਲੈਣਾ ਚਾਹੀਦਾ ਕਿਸੇ ਗੱਲ। ਆਹ ਤਾਂ ਕਿਸਾਨੀ ਦਾ ਸੰਘਰਸ਼ ਹੈ, ਕਿਸਾਨ ਦੀ ਜਿੱਤ ਹੋਣੀ ਚਾਹੀਦੀ ਹੈ ਇੱਥੇ।